ਬੱਸ ਸਟੈਂਡ ਵੀ ਵੱਡਾ ਮੁੱਦਾ ਬਣਿਆ ਪਿਆ ਬਠਿੰਡੇ ਦਾ। ਬੇਨਤੀ ਹੈ ਵੀ ਜਿਹੜਾ ਇੰਪਰੂਵਮੈਂਟ ਟਰੱਸਟ ਹੈ ਪੰਜਾਬ ਸਰਕਾਰ ਵੱਲੋਂ, ਇੰਪਰੂਵਮੈਂਟ ਟਰੱਸਟ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਉਂਕਿ ਸਾਡੇ ਕੋਲ ਟੈਕਨੀਕਲ ਸਟਾਫ ਹੈ, ਸਾਡੇ ਕੋਲ ਐੱਸ ਸੀ ਹੈ, ਸਾਡੇ ਕੋਲ ਐਕਸੀਅਨ ਹੈ, ਸਾਡੇ ਕੋਲ ਜੇਈ ਨੇ, ਸਾਡੇ ਕੋਲ ਫੀਲਡ ਸਟਾਫ ਹੈ। ਸੋ ਪੰਜਾਬ ਸਰਕਾਰ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਬੱਸ ਸਟੈਂਡ ਨੂੰ ਬਣਾਉਣਾ ਜਿਹੜਾ ਹੈਗਾ ਉਹ ਇੰਪਰੂਵਮੈਂਟ ਟਰੱਸਟ ਨੇ ਬਣਾਉਣਾ, ਪਰ ਕਿੱਥੇ ਬਣਾਉਣਾ ਉਸ ਦੇ ਲਈ ਪੰਜਾਬ ਸਰਕਾਰ, ਸਾਡਾ ਸਮੁੱਚਾ ਪ੍ਰਸ਼ਾਸਨ, ਸਾਡੀ ਟੈਕਨੀਕਲ ਯੂਨੀਵਰਸਿਟੀ, ਸਾਡੀਆਂ ਕਾਫੀ ਸਰਵੇ ਟੀਮਾਂ ਜਿਹੜੀਆਂ ਹੈਗੀਆਂ ਨੇ ਉਹ ਲੱਗੀਆਂ ਹੋਈਆਂ, ਉਹ ਸਰਵੇ ਕਰ ਰਹੀਆਂ, ਟ੍ਰੈਫਿਕ ਮੋਬਿਲਿਟੀ ਚੈੱਕ ਕੀਤੀ ਜਾ ਰਹੀ ਹੈ ਕਿ ਕਿੱਥੇ ਜੇ ਬੱਸ ਸਟੈਂਡ ਬਣਾਵਾਂਗੇ ਤਾਂ ਉਹ ਜਗ੍ਹਾ ਵਾਜਬ ਹੋਊਗੀ। ਸੋ ਇਸ ਕਰਕੇ ਉਸ ਦਾ ਫੈਸਲਾ 2-3 ਦਿਨਾਂ ਦੇ ਵਿੱਚ ਹੋ ਜਾਣਾ, ਹੁਣ ਤੱਕ ਹੋ ਜਾਣਾ ਸੀ ਜੇ ਡੀ ਸੀ ਸਾਹਿਬ ਨਾ ਬਦਲਦੇ, ਕਿਉਂਕਿ ਉਹ ਕਾਫੀ ਨੇੜਿਓਂ ਇਸ ਜਿਹੜੇ ਪ੍ਰੋਜੈਕਟ ਨੂੰ ਦੇਖ ਰਹੇ ਸੀਗੇ। ਅਤੇ ਇੱਕ ਮੈਂ ਗੱਲ ਹੋਰ ਮਹਿਸੂਸ ਕਰਦਾ, ਤੁਸੀਂ ਵੀ ਸਾਰੇ ਸਿਆਣੇ ਹੋ, ਕਿ ਜੋ ਸਾਡਾ ਇਹ ਬੀਬੀ ਵਾਲਾ ਚੌਂਕ ਦੇ ਵਿੱਚ ਪੁਲ ਬਣਿਆ ਵਾ, ਜਿਹੜਾ ਕਿ ਪਹਿਲਾਂ ਜਿੱਥੇ ਪਟੇਲ ਨਗਰ ਦੇ ਵਿੱਚ ਬੱਸ ਸਟੈਂਡ ਬਣਨਾ ਸੀਗਾ, ਉਸ ਜਗ੍ਹਾ ਦੇ ਵਿੱਚ ਬੱਸ ਸਟੈਂਡ ਨਾ ਬਣਨ ਦਾ ਸਭ ਤੋਂ ਵੱਡਾ ਕਾਰਨ ਇਹ ਪੁਲ ਹੈ। ਸੋ ਪਿਛਲੀਆਂ ਸਰਕਾਰਾਂ ਨੇ, ਮੈਂ ਮਹਿਸੂਸ ਕਰਦਾ ਉਹਦੇ ਬਹੁਤ ਵੱਡੀ ਨਲਾਇਕੀ ਹੈ ਕਿ ਜੇ ਇਹੀ ਪੁਲ ਥੋੜ੍ਹਾ ਜਿਹਾ ਅੱਗੇ ਜਾ ਕੇ ਤਾਰ ਦਿੰਦੇ, ਜਿਵੇਂ ਬੀਬੀ ਵਾਲਾ ਚੌਂਕ ਦੇ ਵਿੱਚ ਥੱਲੋਂ ਟ੍ਰੈਫਿਕ ਪਾਸ ਹੁੰਦਾ, ਤਾਂ ਉਸ ਤੋਂ ਵਧੀਆ ਕੋਈ ਜਗ੍ਹਾ ਹੋਣੀ ਨਹੀਂ ਸੀ। ਸੋ ਅਸੀਂ, ਸਾਡੇ ਸਰਵੇ ਟੀਮਾਂ ਨੇ ਵੀ ਇਹ ਮਹਿਸੂਸ ਕੀਤੇ, ਕਿਉਂਕਿ ਪੁਲ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਵੱਡੀ ਸਮੱਸਿਆ ਆਰਮੀ ਹੈਗੀ ਆ। ਸੋ ਇਸ ਕਰਕੇ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਰਹੀ ਹੈ ਕਿ ਜੇਕਰ ਉਦੋਂ ਇਹ ਥੋੜ੍ਹਾ ਜਿਹਾ ਧਿਆਨ ਰੱਖ ਲੈਂਦੇ। ਤੁਸੀਂ ਬੱਸ ਸਟੈਂਡ ਦੀ ਗੱਲ ਛੱਡੋ, ਜਿਹੜੀ ਰਿੰਗ ਰੋਡ ਹੈ, ਜੇ ਹੁਣ ਰਿੰਗ ਰੋਡ ਦਾ ਸਾਰਾ ਟ੍ਰੈਫਿਕ ਅੱਗੇ ਬੀਬੀ ਵਾਲਾ ਚੌਂਕ ਦੇ ਵਿੱਚੋਂ ਵਾਪਸ ਉਸ ਨੂੰ ਮੁੜਨਾ ਪੈਣਾ, ਅਤੇ ਜੇਕਰ ਉਹ ਥੱਲੇ ਹੀ ਜਿਹੜਾ ਰਸਤਾ ਹੁੰਦਾ ਰਿੰਗ ਰੋਡ ਦੇ ਜਿਹੜੇ ਸਾਰੇ ਟ੍ਰੈਫਿਕ ਦੇ ਲੰਘਣ ਵਾਸਤੇ, ਤਾਂ ਕਿੱਡੀ ਵੱਡੀ ਸਹੂਲਤ ਇਕੱਲੇ ਬਠਿੰਡੇ ਵਾਲਿਆਂ ਨੂੰ ਹੋਣੀ ਸੀਗੀ, ਸਾਰੇ ਇਲਾਕਿਆਂ ਨੂੰ ਵਾਸਤੇ ਹੋਣੀ ਸੀ। ਸੋ ਇਸ ਕਰਕੇ ਜਿਹੜਾ ਸਾਡੀ ਲੀਡਰਸ਼ਿਪ ਹੈ, ਚਾਹੇ ਮੈਂ ਨਹੀਂ ਕਹਿੰਦਾ ਸਾਡੀ ਪਾਰਟੀ ਦੀ ਹੈ, ਚਾਹੇ ਕੋਈ ਅਕਾਲੀ ਹੈ, ਚਾਹੇ ਕੋਈ ਕਾਂਗਰਸ ਹੀ ਹੈ, ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਆਉਣ ਵਾਲੇ ਸਮੇਂ ਨੂੰ ਧਿਆਨ ਦੇਵੇ, ਜਿਹੜੇ ਵਿਕਾਸ ਕਾਰਜ ਹੈ, ਪ੍ਰੋਜੈਕਟ ਆ, ਥੋੜ੍ਹਾ ਲੇਟ ਕਰ ਲੈਂਦੇ, ਥੋੜ੍ਹਾ ਸੋਚ ਕਰ ਲੈਂਦੇ, ਵਿਚਾਰ ਕਰ ਲੈਂਦੇ, ਪ੍ਰਸ਼ਾਸਨ ਦੀ ਡਿਊਟੀ ਲਾ ਦਿੰਦੇ ਕਿ ਇਸ ਪੁਲ ਦੇ ਥੱਲੇ ਕੱਟ ਹੋਣਾ ਜਿਹੜਾ ਸੀਗਾ ਉਹ ਬਹੁਤ ਜ਼ਰੂਰੀ ਸੀ। ਸੋ ਸਾਨੂੰ ਇਸ ਗੱਲ ਦਾ ਦੁੱਖ ਵੀ ਹੈ, ਖੇਦ ਵੀ ਹੈ ਕਿ ਅਸੀਂ ਇਸ ਮਰਹਲੇ ਦੇ ਵਿੱਚ ਕੁਛ ਕਰ ਨਹੀਂ ਸਕਦੇ, ਪਰ ਸੁਖਬੀਰ ਬਾਦਲ ਜੀ ਨੇ ਇਹ ਬਹੁਤ ਵੱਡੀ ਜਿਹੜੀ ਅਣਗਹਿਲੀ ਕੀਤੀ ਹੈ ਕਿ ਉਸ ਪੁਲ ਦੇ ਥੱਲੇ ਜਿਹੜਾ ਰਸਤਾ ਉਹ ਨਹੀਂ ਛੱਡਿਆ ਗਿਆ। ਇਸ ਦਾ ਸਾਨੂੰ ਖਮਿਆਜ਼ਾ ਆਉਣ ਵਾਲੇ 50 ਸਾਲ 100 ਸਾਲ ਤੱਕ ਜਿਹੜਾ ਸਾਰੇ ਇਲਾਕਾ ਨਿਵਾਸੀਆਂ ਨੂੰ, ਸ਼ਹਿਰ ਨਿਵਾਸੀਆਂ ਨੂੰ ਭੁਗਤਣਾ ਪਊਗਾ। ਮੈਂ ਡੀ ਸੀ ਸਾਹਿਬ ਨਾਲ ਮੁਲਾਕਾਤ ਕਰਨੀ ਹੈ, ਹਜੇ ਕੱਲ੍ਹ ਉਹਨੂੰ ਸਵਾਗਤ ਕਰਨ ਗਏ ਸੀ, ਔਰ ਜਿਵੇਂ ਪਹਿਲਾਂ ਵਾਲੇ ਡੀ ਸੀ ਸਾਹਿਬ ਨਾਲ ਤਾਂ ਮਤਲਬ ਬੜਾ ਉਹ ਦੱਸ ਰਹੇ ਸੀ ਵੀ ਥੋੜ੍ਹੇ ਦਿਨਾਂ ਦੇ ਵਿੱਚ ਫੈਸਲਾ ਹੋ ਜਾਣਾ, ਇਹਨਾਂ ਨਾਲ ਮੁਲਾਕਾਤ ਕਰਕੇ ਸਾਰਾ ਗੱਲ ਜਿਹੜੀ ਤੈਅ ਹੋ ਜੂਗੀ।